ਅਮਰਤ ਪ੍ਰੀਤਮ ਦੀ ਪੁਸਤਕ ਇੱਕ ਸੀ ਸਾਰਾ ਦਾ ਅਖੀਰਲਾ ਭਾਗ ਸੈਦ ਨੂੰ ਲਿਖੀ ਚਿੱਠੀ ਸੈਦ ਆਓ ਗੱਲਾਂ ਕਰਦੇ ਆ ਤੁਹਾਡੀਆਂ ਸੱਚਾਈਆਂ ਦੇ ਸਾਹਮਣੇ ਮੈਂ ਬਹੁਤ ਹੀ ਬਹੁਤ ਹੀ ਮੈਲੀਆਂ ਸੈਦ ਇਸੇ ਲਈ ਉਜਲੇ ਉਜਲੇ ਲਫ਼ਜ਼ਾਂ ਨੂੰ ਸੱਚਾਈਆਂ ਦੇ ਚਿਹਰੇ ਤੇ ਕੁੰਨੰਦਾ ਕਰਦੀਆਂ ਸੱਚ ਤਾਂ ਤੁਸੀਂ ਕਹਿੰਦੇ ਹੋ ਸੱਚ ਤਾਂ ਤੁਸੀਂ ਸਹਿੰਦੇ ਹੋ ਜਿਹੜਾ ਅਤੀਤ ਝੂਠ ਤੋਂ ਸ਼ੁਰੂ ਹੋਵੇ ਉਦੀ ਤਾਨ ਸੱਚੀ ਹੁੰਦੀ ਹੈ ਤਾਂ ਚਲੋ ਵੇਖੋ ਸੁਣੋ ਸਹਿਤ ਮੈਲੀਆਂ ਸਚਾਈਆਂ ਇੱਕ ਦਿਨ ਸੱਚ ਦੀਆਂ ਸਚਾਈਆਂ ਬਣ ਗਈਆਂ ਤੇ ਮੇਰੇ ਗੰਧਲੇ ਲਹੂ ਵਿੱਚ ਇੱਕ ਕਮਲ ਖਿੜਿਆ ਕਮਲ ਨੇ ਮੇਰੇ ਗੰਦੇ ਜ਼ਰਵ ਨੂੰ ਮੇਰੇ ਗੰਦੇ ਜ਼ਰਫ ਨੂੰ ਆਪਣੇ ਜ਼ਰਫ ਨਾਲ ਕੱਜ ਲਿਆ ਜ਼ਿੰਦਗੀ ਦੀ ਪਹਿਲੀ ਛਾਂ ਵੇਖ ਕੇ ਮੈਂ ਪਾਣੀਆਂ ਤੋਂ ਘੁੰਮਣ ਘੇਰੀਆਂ ਕੱਢ ਸੁਟੀਆਂ ਤੇ ਸਫਾਫ ਹੋ ਗਈ ਝੂਠ ਦੇ ਗੁਰਦੁਆਰਿਆਂ ਨੂੰ ਆਪਣੀਆਂ ਪੂਰੀਆਂ ਸੱਚਾਈਆਂ ਨਾਲ ਲਿਸ਼ਕਾਉਣ ਲੱਗੀ ਮੈਂ ਆਪਣੀਆਂ ਦਲ ਆਪਣੀ ਦਲਦਲ ਤੋਂ ਨਿਕਲੀ ਜਾਂ ਨਹੀਂ ਨਿਕਲੀ ਇਹ ਤਾਂ ਤੁਸੀਂ ਜਾਣੋ ਤੇ ਇਹ ਸਭ ਤੁਸੀਂ ਇਸ ਲਈ ਜਾਣੋ ਕਿ ਇੱਕ ਮੰਗਤੀ ਸਾਰਾ ਸੁਗੁਫਤਾ ਨੂੰ ਤੁਸੀਂ ਉਹਦੀ ਚਿਖਾ ਤੋਂ ਉਹਨੂੰ ਬੇਦਾਰ ਕੀਤਾ ਤੇ ਆਪਣਾ ਵਸੀ ਸੀਨੇ 'ਚ ਜਿਉਣ ਦੀ ਤਮੀਜ਼ ਸਿਖਾਈ ਫਿਰ ਉਹਨੂੰ ਬੋਲਣਾ ਸਿਖਾਇਆ ਤੁਸੀਂ ਉਹਨੂੰ ਸੱਚ ਬੋਲਣਾ ਸਿਖਾਇਆ ਜਾਂ ਝੂਠ ਇਹ ਮੈਂ ਤੇ ਤੁਸੀਂ ਜਾਣਦੇ ਹੋ ਮੈਂ ਫਿਰ ਵੀ ਜ਼ਿਆਦਾਤਰ ਤਾਂ ਝਾੜੀਆਂ 'ਚ ਡਿੱਗ ਜਾਂਦੀ ਤੁਸੀਂ ਫੇਰ ਮੈਨੂੰ ਝਾੜੀਆਂ ਤੋਂ ਚੁੱਕਦੇ ਤੇ ਤੁਹਾਡੇ ਲਹੂ ਦੇ ਟੇਪੇ ਮੇਰੇ ਜਿਸਮ ਉਤੇ ਡਿੱਗ ਜਾਂਦੇ ਮੈਂ ساری ਜ਼ਿੰਦਗੀ ਇਹਨਾਂ ਟੇਪਿਆਂ ਦੀ ਹਇਆ 'ਚ ਰਹਾਂਗੀ ਚਲੋ ਫੇਰ ਗੱਲਾਂ ਕਰਦੇ ਹਾਂ ਤੁਹਾਡੇ ਸਾਹਮਣੇ ਮੈਂ ਆਪਣੀ ਹੈਸੀਅਤ ਨੂੰ ਕੱਖ ਤੋਂ ਵੱਧ ਨਹੀਂ ਜਾਣਦੀ ਕਿ ਮੇਰਾ ਖਮੀਰ ਤੁਹਾਡੀ ਅੱਗ ਤੋਂ ਉੱਠਿਆ ਤੇ ਸਾਰਾ ਨੇ ਵੇਖਿਆ ਕੀ ਵੇਖਿਆ ਕਿ ਉਹਦੀਆਂ ਸੁਨਸਾਨ ਅੱਖਾਂ ਨੂੰ ਕੋਈ ਵੇਖਦਾ ਹੈ ਉਹਦੇ ਸੁਨਸਾਨ ਕਦਮ ਹੁਣ ਕਿਸੇ ਦੀ ਦਰਿਆਫਤ ਹਨ ਉਹ ਤਨਹਾਈ ਦੀ ਕਾਲ ਕੋਠਰੀ ਚ ਹਕੀਕਤ ਤੋਂ ਵੱਧ ਬੇਜਾਰ ਹੋ ਗਈ ਹੈ ਉਹ ਇੱਕ ਕਦਮ ਨਹੀਂ ਰਹੀ ਉਹ ਦੋ ਕਦਮ ਹੈ ਮੈਂ ਖੁੱਡਾਂ ਚ ਰਹਿਣਾ ਛੱਡ ਦਿੱਤਾ ਤੇ ਸੁੱਕੇ ਟੋਟੇ ਘਰਾਂ ਤੋਂ ਚੋਰੀ ਕਰਨੇ ਬੰਦ ਕਰ ਦਿੱਤੇ ਹਨ ਕਿ ਗਾਰਾਂ ਦੀਆਂ ਤਨਹਾਈਆਂ ਨੂੰ ਤੁਸੀਂ ਮੇਰੇ ਦਹਿਨ ਤੋਂ ਤਰੰਡ ਸੋਟਿਆ ਮੈਂ ਹਨੇਰਿਆਂ ਚ ਧੜਕਣ ਲੱਗੀ ਸੀ ਤੁਹਾਡੀ ਲੋ ਇੰਨੀ ਜ਼ਿਆਦਾ ਸੀ ਕਿ ਤੁਸੀਂ ਮੈਨੂੰ ਮੇਰਾ ਮੇਰੇ ਮਜ਼ਬਦ ਦੱਸੇ ਤੁਸੀਂ ਮੇਰੀ ਜਿਸੰਤੂ ਮੇਖਾਂ ਕੱਡੀਆਂ ਤੇ ਤਲਿਸਮਾਤੀ ਹਿੱਸੇ ਤੋੜੇ ਮੈਨੂੰ ਖਬੀਸ ਰੂਹਾਂ ਦੇ ਮਕਾਨ ਤੋਂ ਰਿਹਾਈ ਦਿਵਾਈ ਮੈਨੂੰ ਮੇਰੇ ਅਸਲ ਤੋਂ ਆਗਾ ਕੀਤਾ ਚਲੋ ਪਰਦਕੇ ਗੱਲਾਂ ਕਰਦੇ ਹਾਂ ਜਦ ਮੇਰੀ ਜ਼ਬਾਨ ਕੱਟੀ ਤਾਂ ਮੇਰੀ ਖਾਮੋਸ਼ੀ ਨੂੰ ਤੁਸੀਂ ਆਵਾਜ਼ ਬਖਸ਼ੀ ਹਾਲਾਂਕਿ ਉਸ ਵੇਲੇ ਤਾਂ ਤੁਹਾਨੂੰ ਪਤਾ ਸੀ ਕਿ ਮੈਂ ਬੋਲੀ ਵੀ ਤਾਂ ਉਪਰੀ ਆਵਾਜ਼ 'ਚ ਬੋਲਾਂਗੀ ਤੇ ਫਿਰ ਉਹਦੇ ਬਾਅਦ ਬੇਸ਼ੁਮਾਰ ਬੇਗਾਨੇ ਹਾਲਾਤ ਉਤੇ ਬੇਗਾਨੀ ਆਵਾਜ਼ 'ਚ ਬੋਲਦੀ ਰਹੀ ਤੁਸੀਂ ਫਿਰ ਵੀ ਪਰਾਏ ਨਾ ਹੋਏ ਤੁਸੀਂ ਮੈਨੂੰ ਹਾਕ ਮਾਰੀ ਉਸ ਵੇਲੇ ਮੈਂ ਆਪਣੇ ਝੂਠਾਂ ਦੇ ਬੇਸ਼ਮਾਰ ਪੱਥਰਾਂ ਥਲੇ ਦੱਬੀ ਹੋਈ ਸਾਂ ਤੇ ਤੁਹਾਡੀ ਆਵਾਜ਼ ਸੁਣ ਕੇ ਇੱਕ ਇੱਕ ਪੱਥਰ ਸੁੱਟਣ ਲੱਗੀ ਮੇਰੀ ਪੱਥਰ ਦੀ ਜ਼ਬਾਨ ਵੀ ਠੀਕ ਹੋ ਗਈ ਤੁਹਾਡੀ ਆਵਾਜ਼ ਜ਼ਬਾਨ ਉੱਤੇ ਰੱਖਣ ਕਰਕੇ ਤੁਸੀਂ ਮੈਨੂੰ ਆਪਣੀ ਇੰਨੀ ਸ਼ਕਤੀ ਦਿੱਤੀ ਕਿ ਮੈਂ ਆਪਣੇ ਵਿਸਾਦ ਤੋਂ ਵੱਧ ਜ਼ਿੰਦਾ ਹੋ ਗਈ ਸੁਣੋ ਤੁਹਾਡੀ ਆਤਮਾ ਇੰਨੀ ਸੋਹਣੀ ਹੈ ਕਿ ਇੱਕ ਲਹੂ ਥੁੱਕ ਦੀ ਔਰਤ ਦੇ ਜ਼ਖਮਾਂ ਵਿੱਚ ਤੁਸੀਂ ਸੰਧੂਰ ਭਰਿਆ ਜ਼ਿੰਦਗੀ ਦਾ ਸੰਧੂਰ ਮੇਰੀ ਕਬਰ ਨੂੰ ਵੀ ਆਪਣੇ ਝੋਲੀ 'ਚ ਰੱਖਿਆ ਤੇ ਹੱਦ ਦੇ ਨਜ਼ਰ ਤੱਕ ਮੇਰੀਆਂ ਨੁਕੀਲੀਆਂ ਚਟਾਨਾਂ ਤੋਂ ਲੁੜਕਦੇ ਹੋਏ ਪੱਥਰਾਂ ਨੂੰ ਤੁਸੀਂ ਮੌਸਮ ਦਿੱਤੇ ਮੇਰੀ ਪਤਰੀਲੀ ਰੂਹ ਨੂੰ ਵੀ ਪਾਸ-ਪਾਸ ਕਰ ਗਏ ਮੈਂ ਕੀ ਕੀਤਾ ਜ਼ਹਿਰ ਖਾ ਲਿਆ ਤੇ ਤੁਹਾਨੂੰ ਅਜ਼ੀਅਤਾਂ ਦੀ ਇੰਤਿਹਾਈ ਚ ਰੱਖਿਆ ਜਿਉਣ ਵਾਲਾ ਦਿਨ ਆਪਣੀ ਇਸ ਮੌਤ ਉੱਤੇ ਸ਼ਰਮਿੰਦਾ ਹੈ ਅੱਜ ਦੀ ਗੱਲ ਹੈ ਤੁਸੀਂ ਕਿਹਾ ਜੇਕਰ ਤੁਸੀਂ ਜੇਕਰ ਅਸੀਂ ਇੰਤਹਾਈ ਕਦਮ ਚੁੱਕਿਆ ਤਾਂ ਸਭ ਕੁਝ ਸੜ ਸੁੱਕ ਜਾਏਗਾ ਪਰਛਾਈਆਂ ਦੇ ਮੁਕੱਦਰ 'ਚ ਕਦੇ ਕੰਧ ਹੁੰਦੀ ਹੈ ਤੇ ਕਦੇ ਦਹਲੀਆਂ ਵੀ ਨਹੀਂ। ਸੈਦ ਜਿਸ ਤਰ੍ਹਾਂ ਛਾਂ 'ਚ ਸੂਰਜ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਉਸੇ ਤਰ੍ਹਾਂ ਮੈਂ ਅਜੇ ਤਿੱਕ ਹਲੇ ਤਿੱਕ ਇੱਕ ਨਾ ਇੱਕ ਕੋਈ ਨਾ ਕੋਈ ਪਰਵਾਜ਼ ਰੱਖਦੀ ਆ। ਤੁਸੀਂ ਮੇਰੇ ਦੁੱਖਾਂ ਦੀ ਵੀ ਇਬਾਦਤ ਕੀਤੀ ਹੈ ਜ਼ਰਾ ਸੋਚੋ ਸੁਣੋ ਮੈਂ ਤੁਹਾਡਾ ਘਰ ਫੇਰ ਇੱਕ ਵੀ ਨਹੀਂ ਦੋ ਘਰ ਬਰਬਾਦ ਕਰ ਸਕਦੀ ਆ। ਸਮਝ ਨਹੀਂ ਸ਼ਕਤੀ ਨਹੀਂ। ਮੈਂ ਜੇ ਇੰਨੀ ਜ਼ਿਆਦਾ ਨਹੀਂ ਮਰੀ। ਮੈਨੂੰ ਤੁਹਾਡੇ ਤੋਂ ਵੱਧ ਤੁਹਾਡੀ بیوی ਮੇਰੀ ਔਰਤ ਤੁਹਾਡੇ ਤੇ ਮੇਰੇ ਬੱਚੇ ਤੇ ਭੈਣ ਜ਼ਿਆਦਾ ਅਜੀਜ਼ ਹੈ ਮੈਂ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੇ ਆਸ਼ੀਆਨਿਆਂ ਤੋਂ ਨਹੀਂ ਖੋ ਸਕਦੀ گویا ਕਿ ਮੇਰੀ ਸੱਚਾਈ ਫੁੱਟਪਾਥੀ ਸੱਚਾਈ ਹੈ ਤੇ ਬੇਘਰਾਂ ਦਾ ਸਭ ਤੋਂ ਵੱਡਾ ਸੱਚ ਘਰ ਹੁੰਦਾ ਹੈ ਘਰਾਂ ਦੀ ਹਿਫਾਜ਼ਤ ਮੇਰਾ ਫਰਜ਼-ਏ-ਅਵਲীন ਹੈ ਤੇ ਤੁਹਾਡਾ ਵੀ ਇਨਸਾਨ ਨੂੰ ਆਪਣੇ ਦੁੱਖਾਂ ਦਾ ਇhtਰਾਮ ਕਰਨਾ ਚਾਹੀਦਾ ਹੈ ਜਿਹੜਾ ਇਨਸਾਨ ਆਪਣੇ ਦੁੱਖਾਂ ਦਾ ਇhtਰਾਮ ਨਹੀਂ ਕਰਦਾ ਤਾਂ ਕੁਰਬਾਨ ਮੀਗਾਹਾਂ ਉਹਦਾ ਇhtਰਾਮ ਕਰਨਾ ਭੁੱਲ ਜਾਂਦੀ ਹੈ। ਕੱਲ ਦੀ ਗੱਲ ਮੈਂ ਜੋ ਕੁਝ ਕਮਾਵਾਂਗਾ ਉਸ ਤੋਂ ਅੱਧਾ ਤੇਰਾ ਹੋਏਗਾ। ਸੈਦ ਮੈਨੂੰ ਦੌਲਤ ਪ੍ਰਾਪਰਟੀ ਤੋਂ شدید ਨਫ਼ਰਤ ਹੈ। ਮੈਂ ਕੀ ਕਰਾਂਗੀ ਇਹਨੇ ਸਾਰੇ ਸਿੱਕਿਆਂ ਦਾ ਪੈਸਿਆਂ ਦਾ ਮੈਨੂੰ ਇੰਨੀ ਰਕਮ ਦੀ ਲੋੜ ਨਹੀਂ ਹੈ ਕਿ ਮੇਰੀ ਔਕਾਤ ਇਹ ਨਹੀਂ ਕੀਮਤੀ ਨਹੀਂ ਹੈ। ਮੈਂ ਇੱਕ ਮਾਮੂਲੀ ਮੰਗਦੀ ਹਾਂ ਚਾਰ ਦਿਨਾਂ ਬਾਅਦ ਅੱਧੀ ਰੋਟੀ ਦੀ ਲੋੜ ਹੁੰਦੀ ਹੈ। ਤਬੀਅਤ ਦੀ ਖਰਾਬੀ ਕਾਰਨ ਕੁਝ ਮਸਾਲੇ ਝਟਲ ਹੋ ਗਏ ਮੈਂ ਪੂਰੀ ਕੋਸ਼ਿਸ਼ ਵਿੱਚਾਂ ਕਿ ਮੈਂ ਖੁਦ ਬੁਨਿਆਦੀ ਮਸਾਲੇ ਹੱਲ ਕਰ ਲਵਾਂ ਤੇ ਕੋਈ ਵਜ੍ਹਾ ਨਹੀਂ ਹੈ ਕਿ ਬਹੁਤ ਛੇਤੀ ਇਹ ਮਸਾਲੇ ਹੱਲ ਨਾ ਕਰ ਲਵਾਂ ਤੁਸੀਂ ਦੁਆ ਕਰਨਾ ਕਿ ਹਿੰਮਤਾਂ ਤੁਹਾਡੀਆਂ ਹੀ ਬਖਸ਼ੀਆਂ ਹੋਈਆਂ ਹਨ ਉੰਜ ਤੁਹਾਡੇ ਇਸ ਅਸੀਮ ਜਜ਼ਬੇ ਨੂੰ ਮੈਂ ਦਿਲ ਹੀ ਤੌਰ ਤੇ ਖਰਾਜ਼ੇ ਤਹਿਸੀਮ ਪੇਸ਼ ਕਰਦੀਆਂ ਕਿ ਤੁਹਾਡਾ ਇਹ ਵਤੀਰਾ ਮਾਮੂਲੀ ਵਤੀਰਾ ਨਹੀਂ ਹੈ ਮੈਂ ਤੁਹਾਡੇ ਇਸ ਜਜ਼ਬੇ ਦੀ ਬਹੁਤ ਕਦਰ ਕਰਦੀਆਂ ਤੂੰ ਕੀ ਜਾਣੇ ਪਿੰਜਰੇ 'ਚ ਟੁੱਟੇ ਖੰਭ ਦੀ ਹਿਆਤੀ ਤੂੰ ਕੀ ਜਾਣੇ ਜਿੱਦਣ ਇਨਕਾਰਾਂ ਨਾਲ ਟਰਨਾ ਪੈ ਜਾਂਦਾ ਹੈ ਤੂੰ ਕੀ ਜਾਣੇ ਤੇਰੀ ਸਾਰਾ 2484 ਖੁਦਕੁਸ਼ੀ ਤੋਂ 5 ਦਿਨ ਪਹਿਲਾਂ 4 ਜੂਨ ਦੇ ਨਾਮੁਰਾਦ ਰਾਤ ਨੂੰ 4 ਦਿਨ ਪਹਿਲਾਂ 31 ਮਈ ਤੱਕ ਸਾਰਾ ਤੇ ਜਵੇਦ ਕੋਇਟੇ 'ਚ ਇਕੱਠੇ ਸਨ ਉਥੇ 30 ਮਈ ਦੇ ਦਿਨ ਸਾਰਾ ਨੇ ਸਈਦ ਦੇ ਨਾਲ ਇੱਕ ਖਤ ਲਿਖਿਆ ਸੀ ਸੈਦ ਦੇਸਰਾਣੇ ਰੱਖ ਦਿੱਤਾ ਖਤ ਵਿੱਚ ਕਿਤੇ ਸੰਕੇਤ ਨਹੀਂ ਹੈ ਕਿ ਸਾਰਾ ਨੂੰ ਮੌਤ ਦੀ ਖੇਚ ਆਪਣੇ ਵੱਲ ਹੈ ਜਾ ਰਹੀ ਹੈ ਪਰ 5 ਦਿਨ ਬਾਅਦ ਜਿਹੜਾ ਵਾਕਿਆ ਹੋਇਆ ਉਹਦੀ ਰੋਸ਼ਨੀ 'ਚ ਇਸ ਖਤ ਨੂੰ ਵੇਖੀ ਇਹ ਤਾਂ ਲੱਗਦਾ ਜਿਵੇਂ ਸਾਰਾ ਨੇ ਜਾਣ ਲਿਆ ਸੀ ਕਿ ਮੌਤ ਬਹੁਤ شدت ਨਾਲ ਉਹਨੂੰ ਆਪਣੇ ਵੱਲ ਸਾਧ ਰਹੀ ਹੈ ਤੇ ਜੇਕਰ ਅਜੋਨੇ ਸੈਦ ਦੇ ਕੋਲ ਹੁੰਦੇ ਹੋਇਆ ਵੀ ਸੈਦ ਨੂੰ ਖਤ ਨਹੀਂ ਲਿਖਿਆ ਤਾਂ ਜ਼ਿੰਦਗੀ ਦਾ ਇੱਕ ਕਰਜ਼ਾ ਉਸ ਉਤੇ ਰਹਿ ਜਾਏਗਾ ਇੱਕ ਹੱਦ ਸੈਇਦ ਦੀ ਮੁਹੱਬਤ ਦਾ ਸ਼ੁਕਰੀਆ ادا ਕਰਦੇ ਹੋਇਆ ਖਾਮੋਸ਼ੀ ਨਾਲ ਅਲਵਿਦਾ ਕਹਿੰਦਾ ਹੋਇਆ ਵੀ ਲੱਗਦਾ ਹੈ ਸੈਇਦ ਤੁਸੀਂ ਜ਼ਿੰਦਗੀ 'ਚ ਜਿਹੜੀ ਖੁਸ਼ੀ ਇੱਜ਼ਤ ਮੁਹੱਬਤ ਮੈਨੂੰ ਦਿੱਤੀ ਹੈ ਉਹ ਜ਼ਿੰਦਗੀ 'ਚ ਅਜੇ ਤੱਕ ਕਿਸੇ ਨੇ ਨਹੀਂ ਦਿੱਤੀ ਸੀ ਦੁਨੀਆ ਦੀ ਸਾਰੀ ਜ਼ਮੀਨ ਉੱਤੇ ਇੱਕ ਤੁਸੀਂ ਹੋ ਸੈਇਦ ਜਿਨੇ ਸਾਰਾ ਨੂੰ ਜਾਣਿਆ ਸਾਰਾ ਨੂੰ ਹੋਰ ਕਿਸੇ ਨੇ ਕਦੇ ਨਹੀਂ ਜਾਣਿਆ ਤੁਹਾਡੇ 'ਚੋਂ ਸ਼ਕਤੀ ਹੈ ਕਿ ਮੇਰੀ ਜਿਖਾ ਦੀ ਅੱਗ ਨੂੰ ਤੁਸੀਂ ਫੁੱਲ ਬਣਾ ਦਿੱਤਾ ਹੈ ਤੇ ਅਜੇ ਹਾਂ ਮੈਂ ਪਹਿਲੀ ਵਾਰ ਵੇਖਿਆ ਹੈ ਅੱਗ ਨੂੰ ਫੁੱਲ ਬਣਾਉਣ ਵਾਲਾ ਪਹਿਲੀ ਵਾਰ ਵੇਖਿਆ ਹੈ ਖੁਦਾ ਦਾ ਸ਼ੁਕਰ ਹੈ ਕਿ ਉਹਨੇ ਆਪਣੀ ਜ਼ਮੀਨ ਉੱਤੇ ਇੱਕ ਇਨਸਾਨ ਨਾਲ ਮੁਲਾਕਾਤ ਮੁਹੱਬਤ ਦੀ ਜ਼ਿੰਦਗੀ ਦੀ ਹਰ ਵੱਡੀ ਸੱਚਾਈ ਨਾਲ ਮੈਨੂੰ ਬਖਸ਼ਿਆ ਇਹ ਤੁਸੀਂ ਜ਼ਿੰਦਗੀ ਦੇ ਬੇਕਰਾਂ ਆਬਾ ਆਜ਼ਾਬਾਂ ਬਾਅਦ ਤੁਹਾਡੇ ਨਾਲ ਮੁਲਾਕਾਤ ਤੇ ਮੇਰਾ ਤੇ ਤੁਹਾਡਾ ਬੇਕਰਮ ਪਿਆਰ ਜ਼ਿੰਦਗੀ ਦੇ ਕਰੋੜਾਂ ਦਿਨਾਂ ਉੱਤੇ ਆਪਣੇ ਦਿਨ ਕਾਫੀ ਹਨ ਕਾਇਨਾਤ ਸਾਡੇ ਦਿਲ 'ਚ ਧੜਕੀ ਹੈ ਸੋ ਇਸ ਤੋਂ ਵੱਧ ਖੁਦਾ ਕੋਲੋਂ ਕੁਝ ਮੰਗਣਾ ਆਪਣੀ ਤੰਗ ਨਜ਼ਰੀ ਉੱਤੇ ਮਾਤਮ ਕਰਨ ਦੇ ਮਤਾਰ ਦਫ ਹੈ ਸਮਝਣਾ ਅੱਖਾਂ ਬੁੱਝ ਗਈਆਂ ਤਾਂ ਮੈਂ ਫਿਰ ਵੀ ਤੁਹਾਡਾ ਇੰਤਜ਼ਾਰ ਕਰ ਰਹੀ ਹੋਵਾਂਗੀ ਮੈਂ ਸੌਂ ਗਈ ਤਾਂ ਮੇਰਾ ਦਿਲ ਹਮੇਸ਼ਾ ਤੁਹਾਡੇ ਲਈ ਜਾਗਦਾ ਰਹੇਗਾ ਇਹ ਜਾਗ ਮੈਂ ਤੁਹਾਡੇ ਤੋਂ ਸਿੱਖੀ ਤੇ ਤੁਸੀਂ ਬਹੁਤ ਫਰਜ਼ ਨਾਲ ਮੈਨੂੰ ਸਿਖਾਈ ਮੈਂ ਆਪਣੇ ਜਨਮ ਦੇ तमाम ਚਿਰਾਗਾ ਨੂੰ ਕਹਿ ਦਿਆਂਗੀ ਕਿ ਬਲਦੇ ਰਹਿਣਾ ਕਿ ਤੁਸੀਂ ਵੇਖਦੇ ਨਹੀਂ ਕਿ ਸਾਰਾ ਸਈਦ ਨੂੰ ਵੇਖ ਰਹੀ ਐ ਤਿਆਗ ਹਮੇਸ਼ਾ ਤੋਂ ਇਨਸਾਨ ਦਾ ਇhtਰਾਮ ਕਰਦੀ ਐ ਤੁਸੀਂ ਮੈਨੂੰ ਕਿਸੇ ਕਿਲੀ ਤੇ ਵੀ ਬੰਦ ਦਿੰਦੇ ਤਾਂ ਮੇਰੇ ਲਈ ਮੁਆਦਤ ਹੁੰਦੀ ਮੈਂ ਤੁਹਾਡੇ ਅੰਦਰ ਕਿੰਨੀ ਮੌਜੂਦਾਂ ਤੇ ਰਹਾਂਗੀ ਜ਼ਿੰਦਗੀ ਦੀ ਤਲਾਸ਼ ਨੂੰ ਅੱਜ ਖਤਮ ਕਰਦੀ ਆ ਕਿ ਮੈਂ ਜਾਣ ਲਿਆ ਜ਼ਿੰਦਗੀ ਤੁਹਾਡੇ ਇਲਾਵਾ ਕੁਝ ਵੀ ਨਹੀਂ ਕੁਝ ਵੀ ਤਾਂ ਨਹੀਂ ਇੰਨੇ ਸਫ਼ਰ ਤੇ ਇੰਨੀਆਂ ਮੁਸ਼ਕਲਾਂ ਮਗਰੋਂ ਕਾਇਨਾਤ ਦਾ ਰਾਜ ਕਾਇਨਾਤ ਦੀ ਜ਼ਬਾਨ ਕਾਇਨਾਤ ਦਾ ਦਿਲ ਕਾਇਨਾਤ ਦਾ ਮਕਸਦ ਤੁਸੀਂ ਹੀ ਸਹੀ ਜੇ ਇਨਸਾਨ ਨੂੰ ਜ਼ਿੰਦਗੀ 'ਚ ਤੇ ਇਨਸਾਨ ਨੂੰ ਜ਼ਿੰਦਗੀ 'ਚ ਕੀ ਚਾਹੀਦਾ ਹੈ ਖੁਦਾ ਦਾ ਸ਼ੁਕਰ ਹੈ ਕਿ ਉਹ ਤੁਹਾਡੀ ਸੂਰਤ ਜਾ ਕੇ ਮਿਲਿਆ ਇੰਤਹਾਈ ਆਤਕਾਂ ਦੇ ਨਾਲ ਤੇਰੀ ਸਾਰਾ ਤੇਰੀ ਆਪਣੀ ਸਾਰਾ ਲਫ਼ਜ਼ ਲਿਖਣਾ ਬੰਦ ਕਰਦੀਆਂ ਤੇਰੀ ਆਪਣੀ ਸਾਰਾ ਖੁਦ ਖੁਸ਼ੀ ਦੇ ਬਾਅਦ ਤੇ ਸਾਰਾ ਦੇ ਤਿੰਨ ਖਾਤਾ ਜਾਈ ਹਾਂ ਜਿਹੜੇ ਇੱਕ ਹੀ ਤਰੀਕ 31 ਮਈ ਦੀ ਤਾਰੀਖ ਸੈਦ ਦੇ ਨਾਮ ਲਿਖੇ ਹੋਏ ਹਨ ਇਹ ਤਿੰਨੇ ਖਤ ਸੈਦ ਨੂੰ ਸੈਦ ਦੀ ਮੌਤ ਮਗਰੋਂ ਸਾਰਾ ਦੀ ਮੌਤ ਮਗਰੋਂ ਮਿਲੇ ਤੇ ਤਿੰਨੋਂ ਖਤਾਂ ਵਿੱਚ ਸਾਰਾ ਦੇ ਰੂਹ ਦਾ ਆਲਮ ਜੇ ਹੈ ਜਿਵੇਂ ਆਪਣੀ ਮੌਤ ਦੇ ਬਾਅਦ ਇੱਕ ਖਤ ਲਿਖ ਰਹੀ ਹੋਵੇ ਖਤਾਂ 'ਚ ਲਿਖੀ ਹੋਈ ਤਾਰੀਖ ਮੌਤ ਤੋਂ 4 ਦਿਨ ਪਹਿਲਾਂ ਦੀ ਹੈ ਪਰ ਇਸ ਤਰ੍ਹਾਂ ਜਿਵੇਂ ਤਾਰੀਖ ਇੱਕ ਝੂਠੀ ਗਵਾਹੀ ਦਿੰਦੀ ਹੋਵੇ ਇੰਨਾ ਵਿੱਚੋਂ ਸਿਰਫ ਇਹੀ ਦੋ ਖੱਤ ਹਨ ਜਿਨ੍ਹਾਂ ਉੱਤੇ ਸਾਰਾ ਨੇ ਪਹਿਲੀ ਵਾਰ ਸਾਰਾ ਸ਼ੁਗੁਫਤਾ ਦੀ ਤਾਂ ਸਾਰਾ ਸੈਦ ਲਿਖਿਆ ਜਿਵੇਂ ਜਿਸ ਧਰਤੀ ਉੱਤੇ ਰਹਿੰਦੇ ਆ ਉਹਨੂੰ ਸੈਦ ਦਾ ਨਾਮ ਆਪਣੇ ਨਾਂ ਨਾਲ ਬਾਵਸਤਾ ਕਰ ਲੈਣਾ ਮੁਮਕਿਨ ਨਹੀਂ ਸੀ ਉਸੇ ਧਰਤੀ ਨੂੰ ਛੱਡ ਦੇਣ ਮਗਰੋਂ ਉਹਦੇ ਸਾਹਮਣੇ ਕੋਈ ਮੁਸ਼ਕਲ ਨਹੀਂ ਸੀ ਸੈਦ ਉੱਡ ਜਾਣ ਵਾਲੀਆਂ ਅੱਖਾਂ ਕਿਤੇ ਨਾ ਕਿਤੇ ਵਸ ਰਹੀਆਂ ਹੁੰਦੀਆਂ ਹਨ ਤੁਹਾਡੇ ਦਿਲ 'ਚ ਤੁਹਾਡੀਆਂ ਅੱਖਾਂ 'ਚ ਮੈਂ ਤਾਂ ਰਹਿ ਰਹੀਆਂ ਕਿਤੇ ਗਈ ਥੋੜਾ ਹੀ ਆ পাগল ਮੇਰੀ ਮਿੱਟੀ ਤੁਹਾਡੇ ਕਦਮਾਂ ਨੂੰ ਸਲਾਮ ਕਰਦੀ ਹੈ ਬੋਲੋ ਕੀ ਵੇਖ ਰਹੇ ਹੋ ਮੇਰੀ ਖਾਮੋਸ਼ ਆਵਾਜ਼ ਤੁਹਾਡੇ ਤੋਂ ਦੂਰ ਨਹੀਂ ਮੈਂ ਤੁਹਾਡੇ ਨਾਲ ਬੋਲ ਰਹੀ ਹਾਂ ਮੈਂ ਅਜੇ ਵੀ ਜਾਗ ਰਹੀ ਹਾਂ ਇਹਨਾਂ ਕਣਾਂ ਨੂੰ ਪੁੱਛੋ ਤੁਸੀਂ ਜਦ ਵੀ ਆਉਂਦੇ ਹੋ ਮੈਂ ਤੁਹਾਡੇ ਇਤਰਾਮ ਚ ਜਾਗ ਰਹੀ ਹੁੰਦੀ ਹਾਂ ਜ਼ਰਾ ਜੀ ਚੁੱਪ ਹੀ ਤਾਂ ਹੋ ਗਈਆਂ ਤੁਸੀਂ ਗੱਲਾਂ ਕਰੋ ਸੈਦ ਮੈਂ ਸੁਣ ਰਹੀ ਹਾਂ ਪਿਆਰ 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 ਆਪਣੀ ਸੈਦ ਦੀ ਸਾਰਾ 3584 ਸੈਦ ਆਵਾਜ਼ ਕਦੇ ਨਹੀਂ ਡੁੱਬਦੀ ਇੱਥੋਂ ਤੱਕ ਕਿ ਆਵਾਜ਼ ਖਾਮੋਸ਼ ਵੀ ਹੋ ਜਾਏ ਤਾਂ ਵੀ ਨਹੀਂ ਡੁੱਬਦੀ ਮੈਂ ਸਾਹਾਂ ਦੇ ਬਿਨਾਂ ਵੀ ਤਾਂ ਤੁਹਾਡੀ ਆ ਹੁਣ ਤੁਹਾਡੀ ਆਵਾਜ਼ ਹੀ ਮੇਰੀ ਆਵਾਜ਼ ਹੋਏਗੀ ਮੇਰੀ ਆਵਾਜ਼ ਨੂੰ ਤੁਸੀਂ ਹੀ ਲਿਖਣਾ ਹੈ ਲਫ਼ਜ਼ਾਂ ਨੂੰ ਜ਼ਬਾਨ ਤੁਸੀਂ ਹੀ ਦੇਣੀ ਹੈ ਸਿਆਹੀ ਨੇ ਸੋਚ ਲਿਆ ਕਿ ਮੇਰਾ ਹੱਥ ਰੁਕਣ ਵਾਲਾ ਹੈ ਲਿਖੋ ਲਿਖੋ ਨਾ ਮੇਰੇ ਲਫ਼ਜ਼ਾਂ ਨੂੰ ਸੌਣ ਨਹੀਂ ਦਿਓਗੇ ਸੌ ਰਹੇ ਜਾਗੋ ਨਾ ਨਹੀਂ ਤਾਂ ਮੈਂ ਵੀ ਸੌ ਜਾਵਾਂਗੀ ਤੁਹਾਡੀ ਆਪਣੀ ਸੱਚ ਤੁਹਾਡੀ ਸਾਰਾ ਸੈਦ ਸੈਦ ਦੇ ਲਈ ਬੇਪਨਾਹ ਮੁਹੱਬਤਾਂ ਤੇ ਲੜਾਈਆਂ ਦੇ ਨਾਲ ਮੇਰੇ ਸੈਦ ਸਾਰੇ ਵਰਕ ਦੀ ਖਾਮੋਸ਼ੀ ਨੂੰ ਹੁਣ ਤੁਸੀਂ ਲਿਖਣਾ ਹੈ ਸੈਦ ਮੇਰੀ ਖਾਮੋਸ਼ੀ ਨੂੰ ਹੁਣ ਤੁਸੀਂ ਪੜ੍ਹਨਾ ਹੈ ਲਫ਼ਜ਼ਾਂ ਦੀ ਕਾਇਨਾਤ ਛੱਡ ਰਹੀਆਂ ਤੇ ਤੁਹਾਡੀ ਮਿੱਟੀ ਚ ਲੁਕ ਰਹੀਆਂ ਮੇਰੀ ਰੂਹ ਦੀ ਹਿਫਾਜ਼ਤ ਕਰਨਾ ਮੈਂ ਤੇ ਤੁਸੀਂ ਆਪਣੀ ਖਾਮੋਸ਼ੀ ਵਿੱਚ ਵੀ ਇੱਕ ਦੂਜੇ ਦੇ ਮੌਸਮਾਂ ਵੇਖੋ ਤੁਸੀਂ ਮੇਰੇ ਕੋਲ ਹੋ ਤੇ ਮੈਂ ਤੁਹਾਡੇ ਨੇੜੇ ਆ ਮੈਂ ਕਦੇ ਵੀ ਤੁਹਾਡੇ ਤੋਂ ਦੂਰ ਤਾਂ ਨਹੀਂ ਰਹਿੰਦੀ ਦੁਨੀਆ ਤੱਕ ਇਸੇ ਜ਼ਮੀਨ ਉੱਤੇ ਤੁਹਾਡੇ ਲਈ ਜਾਗਦੀ ਰਹਾਂਗੀ ਮੇਰੀਆਂ ਅੱਖਾਂ ਉੱਤੇ ਇਤਬਾਰ ਕਰੋ ਤੇ ਵੇਖੋਗੇ ਨਹੀਂ ਮੈਂ ਤੁਹਾਨੂੰ ਵੇਖ ਰਹੀਆਂ ਤੇ ਤੁਹਾਡੇ ਸੀਨੇ ਉੱਤੇ ਸਿਰ ਧਰ ਕੇ ਸੌਂ ਰਹੀਆਂ ਨਹੀਂ ਤਾਂ ਸਾਰਾ ਕਦੇ ਸੁੱਤੀ ਹੈ ਸਾਇਦ ਉਹ ਹੁਣ ਵੀ ਤੁਹਾਡੀਆਂ ਅੱਖਾਂ 'ਚ ਜਾਗ ਰਹੀ ਹੈ ਖਰਬਾ ਪਿਆਰ ਤੁਹਾਡੀ ਸਿਰਫ ਤੁਹਾਡੀ ਸਾਰਾ ਸੈਦ ਸਾਰਾ ਨੇ ਆਖਰੀ ਸਾਹ ਲੈਂਦੇ ਹੋਏ ਜਿਹਦਾ ਨਾਮ ਆਪਣੇ ਨਾਮ 'ਚ ਸ਼ਾਮਲ ਕਰ ਲਿਆ ਮੈਂ ਇਹ ਕਿਤਾਬ ਉਸੇ ਦੇ ਨਾਮ ਕਰਦੀਆਂ ਸੈਦ ਅਹਿਮਦ ਇਹ ਨਾਮ ਅਮਰਤਾ ਪ੍ਰੀਤਮ ਆਖਰੀ ਹਰਫ ਬੁੱਕ ਸ਼ੈਲਫ ਸਾਰਾ ਦਾ ਅਤਿਆ ਦੇ ਨਾਮ ਲਿਖਿਆ ਹੋਇਆ ਆਖਰੀ ਖੱਤ ਪੜ੍ਹਨ ਤੋਂ ਬਾਅਦ ਸਿਰਫ ਬੁੱਕ ਸ਼ੈਲਫ ਬਚਦਾ ਹੈ ਹੋਰ ਕੁਝ ਨਹੀਂ ਸਾਰਾ ਹੁਣ ਬੁੱਕ ਸ਼ੈਲਫ 'ਤੇ ਸਜੀ ਹੈ ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਉਹਨੇ पेशीन गोई की थी उबलदे अखर दी, दी सूरत ਵਿੱਚ ছায়ਾ ਹੋਈ ਸੀ 1982 ਵਿੱਚ ਫਿਰ ਅੱਖਾਂ ਦੀ ਸੂਰਤ ਵਿੱਚ ছায়ਾ ਹੋਈ 1985 ਵਿੱਚ ਜਿਹਦੀ ਰੂ ਨਮਾਈ ਕਰਾਚੀ ਦੀ ਆਰਟ ਕੌਂਸਲ ਵਿੱਚ 18 ਮਈ ਨੂੰ ਹੋਈ ਸੁਣਿਆ ਹੈ ਉਸ ਦਿਨ ਹਾਜ਼ਰਾ ਮਸਰੂਰ ਨੇ ਸਦਾਰਤ ਕੀਤੀ ਸੀ ਰਾਸ਼ਦ ਨੂਰ ਤੇ अहमद ਹਮੇਸ਼ ਨੇ ਸਾਰਾ ਉੱਤੇ ਮਜਮੂਨ ਪੜੇ ਸਨ ਤੇ ਉਸ ਕਿਤਾਬ ਲਈ ਲਿਖੇ ਹੋਏ ਮੇਰੇ ਕੁਝ ਅਲਫ਼ਾਜ਼ ਸਨ ਜੋ ਉਥੇ ਸਰਵਤ ਸੁਲਤਾਨਾ ਨੇ ਪੜੇ ਸਨ ਨਾਲ ਹੀ ਸਾਰਾ ਦੀ ਆਵਾਜ਼ ਟੇਪ ਕੀਤੀਆਂ ਹੋਈਆਂ ਉਹਦੀਆਂ ਨਜ਼ਮਾਂ ਸੁਣਵਾਈਆਂ ਗਈਆਂ ਸਨ ਤੇ ਉਹਦੀ ਇੱਕ ਖਾਸ ਨਜ਼ਮ ਸੁਗੰਦੀ ਨਾਮਾ ਇਫਤਿਹਾਰ ਜ਼ਾਲਮ ਸਾਹਿਬ ਨੇ ਆਪਣੀ ਆਵਾਜ਼ 'ਚ ਪੜ੍ਹੀ ਸੀ ਤੇ ਨਾਲ ਹੀ ਕਿਹਾ ਸੀ ਅਜਿਹੀ ਨਜ਼ਮ ਲਿਖਣ ਦੀ ਜੁਰਤ ਸਿਰਫ ਸਾਰਾ ਦੀ ਕੋਲ ਸੀ ਹੁਣ ਸੈਦ अहमद ਦੀ ਇਹ ਸਾਰਾ ਅਕੈਡਮੀ ਜਿਉਂ-ਜਿਉਂ ਇਸ ਬੁੱਕ ਸ਼ੈਲਫ ਨੂੰ ਵਸੀ ਕਰਦੀ ਜਾਏਗੀ ਅੱਜ ਜਿਹੜੇ ਲੋਕ ਇਫਤਿਹਾਰ ਜਲਬ ਸਾਹਿਬ ਦੇ ਨਾਲ ਮਤਫਿਕ ਨਹੀਂ ਹਨ ਉਹ ਮਤਫਿਕ ਹੁੰਦੇ ਜਾਣਗੇ ਤੇ ਜਦ ਵੀ ਆਪਣੇ ਆਪਣੇ ਬੁੱਕ ਸ਼ੈਲਫ 'ਚ ਸਾਰਾ ਨਾਲ ਮੁਲਾਕਾਤ ਕਰਨਗੇ ਉਹਨਾਂ ਨੂੰ ਖੁਦਾ ਦੀ ਕਜਈ ਤਖਲੀਕ ਦਾ ਦედაਰ ਹੋਏਗਾ ਜਿਹਨੂੰ ਇਨਸਾਨ ਨਹੀਂ ਇਨਸਾਨੀਅਤ ਕਹਿੰਦੇ ਹਨ ਇਸ ਵੇਲੇ ਮੈਂ ਆਪਣੀ ਬੁੱਕ ਸ਼ੈਲਫ ਦੇ ਸਾਹਮਣੇ ਖੜੀ ਹਾਂ ਸਾਰ ਨੂੰ ਮੁਖਾਤਿਬਾ ਵੇਖੀਂ ਦੋਸਤ ਇਸ ਵੇਲੇ ਮੇਰੇ ਕਿੰਨੇ ਹੀ ਅਜ਼ੀਮ ਦੋਸਤ ਵਿਸ਼ੇਸ਼ ਤਰਿਸ਼ੀ ਤੇ ਵੇਦ ਵ્યાਸ ਤੋਂ ਲੈ ਕੇ ਬਾਣਪਟ ਕਾਲੀਦਾਸ ਸੁਲਤਾਨ ਬਹਾਉ ਵਾਰਿਸ ਸੈਫੋ ਚੇਖਪ ਗਾਲिब ਕਜ਼ਾਨ ਜ਼ਾਕਿਸ ਆਇੰਡਰਨ ਸ਼ਿਵ ਸਾਹਿਰ ਫिराक ਤੇ ਫੈਜ਼ ਤੱਕ ਮੇਰੇ ਨਾਲ ਬੈਠੇ ਹਨ ਸਿਰਫ ਇੱਕ ਹੱਥ ਦਾ فاਸਲਾ ਹੈ ਇਹ ਤੈ ਹੋ ਜਾਏਗਾ ਤੇ ਮੈਂ ਤੁਹਾਡੇ ਸਭ ਨਾਲ ਬਹੁਤ ਗੱਲਾਂ ਕਰਾਂਗੀ ਬੁੱਕ ਸ਼ੈਲਫ ਦੇ ਸਾਹਮਣੇ ਖੜੇ ਹੋ ਕੇ ਨਹੀਂ ਤੁਹਾਡੇ ਸਭ ਦੋਸਤਾਂ ਦੇ ਨਾਲ ਬੁੱਕ ਸ਼ੈਲਫ ਵਿੱਚ ਬੈਠ ਕੇ ਧੰਨਵਾਦ